बीजेपी नेता और केंद्रीय राज्य मंत्री रवनीत सिंह बिट्टू ने दिल्ली के नए मुख्यमंत्री आतिशी का नाम घोषित होने पर अपनी हैरानगी प्रकट की। ਦੇਖੋ ਜੀ, ਮੈਂ ਤਾਂ ਅੱਜ ਹੀ ਸੁਣ ਰਿਹਾ ਸੀ ਵੀ ਉਹ ਮੁੱਖ ਮੰਤਰੀ ਜਿਹੜਾ ਨਾਂ ਦੇ ਰਹੇ ਆ ਹਜੇ ਤਾਂ ਬਣੇ ਨਹੀਂ, ਵੀ ਜਿਨ੍ਹਾਂ ਨੇ ਅਫਜ਼ਲ ਗੁਰੂ ਨੂੰ, ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਮਦਰ ਨੇ ਉਹਨਾਂ ਨੂੰ ਛਡਾਉਣ ਦੀ ਦੁਹਾਈ ਪਾਈ ਵੀ ਉਹਨਾਂ ਨੂੰ ਫਾਂਸੀ ਨਾ ਦਿੱਤੀ ਜਾਵੇ, ਇਹ ਬੜੀ ਮਾੜੀ ਗੱਲ ਆ। ਅਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇਹੋ ਜਿਹੇ ਮੁੱਖ ਮੰਤਰੀ ਜਿਹੜੇ ਅਫਜ਼ਲ ਗੁਰੂ ਜਿਹੜਾ ਐਡਾ ਖਤਰਨਾਕ ਪਾਰਲੀਮੈਂਟ ਦੇ ਵਿੱਚ, ਆ ਤਾਂ ਨਾਲ ਆਪਣੇ ਤਾਂ ਪਾਰਲੀਮੈਂਟ ਜਿਹੜੇ ਪਾਰਲੀਮੈਂਟ ਦੇ ਅੰਦਰ ਵੜ ਕੇ ਹਮਲਾ ਕਰਤਾ ਸੀ, ਉਦੋਂ ਖਤਰਨਾਕ ਬੰਦਾ ਕੌਣ ਹੋ ਸਕਦਾ? ਉਸ ਬੰਦੇ ਨੂੰ ਜੇ ਫਾਂਸੀ ਹੁਣੋਂ ਰੋਕ ਰਹੇ ਸੀ ਤਾਂ ਉਹ, ਮੈਨੂੰ ਤਾਂ ਬੜਾ ਇਹ ਹੈਰਾਨਗੀ ਹੋਈ ਹੈ ਵੀ ਉਸ ਬੰਦ ਉਸ ਨੂੰ ਇਲੈਕਟ ਕੀਤਾ ਗਿਆ ਹੈ, ਸਿਲੈਕਟ ਕੀਤਾ ਗਿਆ ਚੀਫ ਮਿਨਿਸਟਰੀ ਲਈ। ਇਸ ਕਰਕੇ ਇਹ ਲੋਕ ਇਸ ਗੱਲ ਬਾਰੇ ਜ਼ਰੂਰ ਵਿਚਾਰ ਕਰਨਗੇ, ਸੋਚਣਗੇ ਵੀ ਇਹ ਇਹੋ ਜਿਹੀ ਕਿਹੜੀ ਮਜਬੂਰੀ ਸੀ ਵੀ ਅਫਜ਼ਲ ਗੁਰੂ ਨੂੰ, ਉਹਨੂੰ ਮਾਫ਼ੀ ਦਿਵਾਉਣ ਵਾਲੇ ਨੂੰ ਅੱਜ ਚੀਫ ਮਿਨਿਸਟਰ ਬਣਾਉਣਾ ਪੈ ਰਿਹਾ। ਇਹ ਵੀ ਇਹ 'ਚ ਕੋਈ ਮਜਬੂਰੀ ਹੋ ਸਕਦੀ ਹੈ?